ਗਲੀਆਂ ਮੁਹੱਲਿਆਂ ਦੇ ਵਿੱਚ ਤੁਸੀਂ ਸਬਜ਼ੀ ਵੇਚਣ ਵਾਲੇ ਕਈ ਵੇਖੇ ਹੋਣੇ ਨੇ ਪਰ ਜਿਹੜੇ ਸਬਜ਼ੀ ਵਾਲੇ ਦੀ ਗੱਲ ਅਸੀਂ ਅੱਜ ਕਰਨ ਜਾ ਰਹੇ ਹਾਂ ਉਹ 4 ਐਮਏ ਕਰ ਚੁੱਕਾ ਹੈ ਪੀ ਐਚ ਡੀ ਕਰ ਚੁੱਕਾ ਹੈ ਤੇ ਉਸ ਨੂੰ ਨੌਕਰੀਏ ਉਹ ਨਹੀਂ ਮਿਲ ਰਹੀ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਵਿੱਚ ਪੜਨ ਤੋਂ ਬਾਅਦ ਵੀ ਬੇਰੋਜ਼ਗਾਰੀ ਦਾ ਹਾਲ ਕੀ ਹੈ ਇਹ ਹੈ ਡਾਕਟਰ ਸੰਦੀਪ ਸਿੰਘ 4 ਐਮਏ ਕਰ ਚੁੱਕਾ ਹੈ ਤੇ ਪੀ ਐਚ ਡੀ ਕੀਤੀ ਹੋਈ ਹੈ ਤੇ ਹੁਣ ਗਲੀ ਗਲੀ ਜਾ ਕੇ ਸਬਜ਼ੀਆਂ ਵੇਚ ਰਿਹਾ ਲੋਕਾਂ ਨੂੰ ਇਹ ਕਹਿ ਰਿਹਾ ਕਿ ਉਸ ਦੀ ਸਬਜ਼ੀ ਖਰੀਦ ਲਓ ਹਾਲਾਂਕਿ ਉਹ ਇਸ ਦੇ ਵਿੱਚ ਕੋਈ ਸ਼ਰਮ ਮਹਿਸੂਸ ਨਹੀਂ ਕਰ ਰਿਹਾ ਕਿਉਂਕਿ ਉਸ ਦਾ ਕਹਣਾ ਹੈ ਗੁਰੂ ਸਾਹਿਬਾਂ ਨੇ ਕਿਰਤ ਕਰਨ ਦਾ ਸੰਦੇਸ਼ ਦਿੱਤਾ ਸੀ ਉਸ ਨੂੰ ਸਿਰਫ ਇਸ ਗੱਲ ਦਾ ਪਛਤਾਵਾ ਹੈ ਕਿ ਯੂਨੀਵਰਸਿਟੀ ਨੇ ਪੜਨ ਦੇ باوجود ਵੀ ਉਸ ਦੀ ਕਦਰ ਨਹੀਂ ਕੀਤੀ ਡਾਕਟਰ ਸੰਦੀਪ ਦੱਸਦੇ ਨੇ ਕਿ ਉਹਨਾਂ ਨੂੰ ਕਿਸੇ ਦੇ ਵਿਰੁੱਧ ਕੋਈ ਸ਼ਿਕਾਇਤ ਨਹੀਂ ਹੈ ਪਰ ਅਫਸੋਸ ਹੈ ਕਿ ਸਰਕਾਰਾਂ ਤੇ ਯੂਨੀਵਰਸਟੀਆਂ ਵੀ ਪੜੇ ਲਿਖੇ ਲੋਕਾਂ ਦੀ ਕਦਰ ਨਹੀਂ ਕਰਦੀਆਂ ਜਿਹੜੀ ਕਿ ਕਦਰ ਹੋਣੀ ਚਾਹੀਦੀ ਏ ਉਹਨਾਂ ਇਹ ਵੀ ਦੱਸਿਆ ਕਿ ਜਦੋਂ ਪੁੱਛਿਆ ਜਾਂਦਾ ਹੈ ਕੁਝ ਵੀ ਕਰੋ ਤਾਂ ਸਾਹਮਣੇ ਤੋਂ ਜਵਾਬ ਮੈਂ ਹੁੰਦਾ ਹੈ ਕਿ ਉਹ ਦਬਾਜ ਹਨ ਡਾਕਟਰ ਸੰਦੀਪ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪ੍ਰੋਫੈਸਰ ਹਾਂ ਤੇ ਉਹ ਅਢਾਕ ਤੇ ਲੱਗਿਆ ਹੁਣ ਅੱਜਕੱਲ ਕਿਉਂਕਿ ਯੂਨੀਵਰਸਿਟੀ ਦੇ ਵਿੱਚ ਛੁੱਟੀਆਂ ਨੇ ਤੇ ਘਰ ਦੇ ਖਰਚੇ ਪੂਰੇ ਕਰਨ ਵਾਸਤੇ ਉਹਨੂੰ ਜਦੋਂ ਜਹਦ ਕਰਨੀ ਪੈ ਰਹੀ ਏ ਅੰਮ੍ਰਿਤਸਰ ਦੀਆਂ ਗਲੀਆਂ ਦੇ ਵਿੱਚ ਉਹ ਰੇੜੀ ਦੇ ਉੱਤੇ ਸਬਜ਼ੀ ਲੈ ਕੇ ਸਬਜ਼ੀ ਵੇਚ ਰਿਹਾ ਤੇ ਉਸਨੇ ਆਪਣੀ ਸਬਜੀ ਦੀ ਰੇੜੀ ਦੇ ਉੱਤੇ ਪੀ ਐਚ ਡੀ ਸਬਜੀ ਵਾਲਾ ਬੋਰਡ ਵੀ ਲਾ ਰੱਖਿਆ ਡਾਕਟਰ ਸੰਦੀਪ ਦਾ ਇਹ ਕਹਿਣਾ ਕਿ ਉਸਨੇ 2004 ਦੇ ਵਿੱਚ ਗ੍ਰੈਜੂਏਸ਼ਨ ਤੇ 2007 ਦੇ ਵਿੱਚ ਐਲ ਐਲ ਬੀ ਤੇ 2009 ਦੇ ਵਿੱਚ ਆਈ ਆਈ ਐਮ 2011 ਦੇ ਵਿੱਚ ਐਮ ਏ ਪੰਜਾਬੀ ਫਿਰ 2017 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੀ ਐਚ ਡੀ ਕਰ ਲਈ ਡਾਕਟਰ ਸੰਦੀਪ ਦਾ ਇਹ ਕਹਿਣਾ ਕਿ 2018 ਵਿੱਚ ਉਸਨੇ ਐਮ ਏ ਪਤਰਕਾਰਤਾ ਵਿੱਚ ਫਿਰ ਐਮਏ ਊਮਨ ਸਟਡੀਜ਼ ਤੇ ਫਿਰ ਐਮਏ ਰਾਜਨੀਤੀ ਸ਼ਾਸਤਰ ਵਿੱਚ ਕੀਤੀ ਹੁਣ ਇਸ ਵੇਲੇ ਉਹ ਲਵਰੀ ਯੂਨੀਵਰਸਿਟੀ ਤੋਂ ਬੀ ਐਲਪੀ ਕਰ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਬੇਰੋਜ਼ਗਾਰੀ ਦਾ ਹਾਲ ਕੀ ਹੈ ਸਰਕਾਰਾਂ ਦਾਅਵੇ ਤੇ ਬਹੁਤ ਕਰਦੀਆਂ ਨੇ ਕਿ ਪੜ੍ਹੇ ਲਿਖੇ ਨੌਜਵਾਨਾਂ ਨੂੰ ਨੌਕਰੀ ਦੇਾਂਗੇ ਹੁਣ ਪੰਜਾਬੀ ਵਿਦੇਸ਼ਾਂ 'ਚ ਨੌਕਰੀ ਕਰਨ ਨਹੀਂ ਜਾਣਗੇ ਵਿਦੇਸ਼ਾਂ ਦਾ ਰੁਖ ਨਹੀਂ ਕਰਨਗੇ ਉਥੋਂ ਅੰਗਰੇਜ਼ ਪੰਜਾਬ ਦੇ ਵਿੱਚ ਨੌਕਰੀ ਕਰਨ ਆਣਗੇ ਪਰ ਤੁਸੀਂ ਦੇਖਦੇ ਹੋ ਕਿ ਕਿਸ ਤਰ੍ਹਾਂ ਇੱਕ 4 ਐਮਏ ਕਰ ਚੁੱਕਾ ਨੌਜਵਾਨ ਪੀਐਚਡੀ ਕਰ ਚੁੱਕਾ ਨੌਜਵਾਨ ਗਲੀ ਗਲੀ ਜਾ ਕੇ ਹੌਕੇ ਦੇ ਰਿਹਾ ਕਿ ਸਬਜ਼ੀ ਖਰੀਦ ਲਾਓ ਉਹਨੇ ਆਪਣੇ ਬਾਰੇ ਤੇ ਹੋਰ ਵੀ ਕਈ ਗੱਲਾਂ ਦਸੀਆਂ ਨੇ ਉਹਦੇ ਨਾਲ ਅਸੀਂ ਗੱਲਬਾਤ ਵੀ ਕੀਤੀ ਹੈ ਉਸ ਦਾ ਇਹ ਕਹਿਣਾ ਹੈ ਕਿ ਉਸ ਨੂੰ ਲੈਕਚਰਸ਼ਿਪ ਦੇ ਦੌਰਾਨ 35000 ਰੁਪਏ ਤਨਖਾਹ ਮਿਲਦੀ ਹੈ ਪਰ ਇਹ ਤਨਖਾਹ ਪੂਰੇ ਸਾਲ ਨਹੀਂ ਮਿਲਦੀ ਕਦੀ ਤਨਖਾਹ ਮਿਲਦੀ ਹੈ ਤੇ ਕਦੀ ਨਹੀਂ ਮਿਲਦੀ ਅਜੇ ਜਦੋਂ ਬੱਚੇ ਕੋਈ ਸ਼ੋਸ਼ਣ ਦਾ ਸ਼ਿਕਾਰ ਹੋਣਗੇ ਤੇ ਉਹਨਾਂ ਨੂੰ ਕੀ ਜਵਾਬ ਦੇਣਾ ਚਾਹੀਦਾ ਬੱਚੇ ਇਹ ਵੀ ਜਾਣਦੇ ਨੇ ਕਿ ਉਹਨਾਂ ਨੂੰ ਮਿਹਨਤ ਦੇ ਹਿਸਾਬ ਨਾਲ ਕੋਈ ਪੈਸਾ ਨਹੀਂ ਮਿਲਦਾ ਜੁਲਾਈ ਦੇ ਮਹੀਨੇ ਚੋਂ ਸੰਦੀਪ ਡਾਕਟਰ ਜਿਹੜਾ ਹੈ ਇਹ ਸਬਜ਼ੀ ਵੇਚਣ ਦੀ ਮਜਬੂਰ ਹੈ ਪਹਿਲਾਂ ਉਸਨੇ ਕੋਈ ਬੋਰਡ ਨਹੀਂ ਲਾਇਆ ਸੀ ਪਰ ਜਦੋਂ ਇੱਕ ਔਰਤ ਨੇ ਉਸਨੂੰ ਕਿਹਾ ਕਿ ਉਹ ਆਪਣੇ ਵਰਗਿਆਂ ਨੂੰ ਦੱਸੇ ਕਿ ਤਾਂ ਹੀ ਉਸਨੇ ਉਸ ਤੋਂ ਬਾਅਦ ਬੋਰਡ ਲਗਾਇਆ ਤੁਸੀਂ ਦੇਖ ਸਕਦੇ ਹੋ ਕਿ ਹੌਕੇ ਦੇ ਕੇ ਗਲੀ ਗਲੀ ਸੰਦੀਪ ਸਿੰਘ ਸਬਜ਼ੀ ਵੇਚ ਰਿਹਾ ਹੈ ਜਿਦੋਂ ਪੜ੍ਹਾਈ ਦੀ ਗੱਲ ਕਰਾਂ ਤਾਂ ਮੈਂ ਲਾਅ ਦੇ ਵਿੱਚ ਡਾਕਟੋਰੇਟ ਆ ਤੇ ਇਸ ਤੋਂ ਇਲਾਵਾ ਮੈਂ ਐਮਏ ਪੰਜਾਬੀ ਐਮਏ ਜਰਨਲਿਜ਼ਮ ਐਮਏ ਔਮਨ ਸਟਡੀ ਤੇ ਐਮਏ ਪੋਲੀਟੀਕਲ ਸਾਇੰਸ ਵੀ ਆ ਬੀਲੀ ਬੈਟ ਪ੍ਰੈਜ਼ੈਂਟ ਮੈਂ ਕਰ ਰਹੀ ਆ ਵਾ ਤਾਂ ਸਭ ਜੀ ਵਿੱਚ ਇਹਦਾ ਰੀਜਨ ਹੈ ਆਪਣੀ ਸਰਵਾਈਵਲ ਚੀਪ ਤੇ ਆਪਣੇ ਪਰਿਵਾਰ ਦੀ ਸਰਵਾਈਵਲ ਚੀਪ ਤੇ ਇਸ ਤੋਂ ਨਾਲ ਜਿਹੜਾ ਹੁਣ ਇੱਕ ਹੋਰ ਗੱਲ ਜੁੜ ਗਈ ਹੈ ਇਸ ਗੱਲ ਦੀ ਲੀਕ ਮੈਂ ਜਲਦ ਤੋਂ ਜਲਦ ਆਪਣਾ ਜਿਹੜਾ ਮੇਰਾ ਅਧਿਆਪਨ ਦਾ ਕਿਤਾ ਮੇਰੇ ਕੋਲੋਂ ਖੁੱਸਿਆ ਆਵੇ ਥੋੜੇ ਸਮੇਂ ਦੇ ਲਈ ਉਹਨੂੰ ਮੈਂ ਵਾਪਸ ਲਵਾਵਾਂ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਿਪਾਰਟਮੈਂਟ ਆਫ ਲਾਅ ਦੇ ਵਿੱਚ 11 ਸਾਲ ਦੇ ਕਰੀ ਪੜਾਇਆ ਆ ਮੈਂ 5 ਸਾਲ ਮੈਂ ਐਜੇ ਜੀਆਰਐਫ ਸੀ ਤੇ 6-7 ਸਾਲ ਮੈਂ ਐਜੇ ਗੈਸਟ ਫੈਕਲਟੀ ਉੱਥੇ ਟੀਚ ਕੀਤਾ ਛੱਡਣ ਦਾ ਕਾਰਨ ਇਹ ਸੀ ਕਿ ਸਾਨੂੰ ਉੱਥੇ ਜਿਹੜਾ ਅਸੀਂ ਸਰਵਾਈਵ ਕਰਨਾ ਔਖਾ ਹੋਇਆ ਹੈ ਅਸੀਂ ਕਿਉਂਕਿ ਸੈਲਰੀਜ਼ ਬਹੁਤ ਘੱਟ ਨੇ ਤਾਂ ਸੈਲਰੀਜ਼ ਟਾਈਮ ਸਿਰ ਨਹੀਂ ਮਿਲਦੀਆਂ ਭੀਆਂ ਸਾਨੂੰ ਅੱਗੇ ਉੱਥੇ ਕੋਈ ਰੈਗੂਲਰ ਹੋਣ ਦੀ ਉਮੀਦ ਨਹੀਂ ਹੈ ਤੇ ਉੱਥੋਂ ਦੇ ਵਿੱਚ ਜਿਹੜਾ ਸਾਨੂੰ ਮਾਨਸਿਕ ਤੌਰ ਦੇ ਉੱਪਰ ਅਸੀਂ ਪਰੇਸ਼ਾਨ ਹੋਏ ਜਿਹੜੋ ਸਾਨੂੰ ਟੀਚਰਾਂ ਕਰਦੇ ਨੇ ਮਤਲਬ ਜਿਹੜੇ ਸਾਡੀ ਕਮਿਊਨਿਟੀ ਦੇ ਲੋਕ ਇਹ ਗੱਲਾਂ ਕਹਿ ਕੇ ਕਿ ਭਾਈ ਜੇ ਇਹਨਾਂ ਨੂੰ ਅਸੀਂ ਰੈਗੂਲਰ ਕਰਤਾ ਤਾਂ ਕੱਲ ਨੂੰ ਇਹ ਸਾਡੇ ਸਿਰਾਂ ਦੇ ਉੱਪਰ ਚੜਨਗੇ ਉਹਨਾਂ ਨੂੰ ਗੱਲਾਂ ਇਸ ਕਰਕੇ ਆਉਂਦੀਆਂ ਨੇ ਕਿਉਂਕਿ ਅਸੀਂ ਜ਼ਮੀਨ ਤੋਂ ਉੱਠ ਕੇ ਆਪਣੇ ਪੈਰਾਂ ਤੇ ਖਲੋ ਕੇ ਆਪਣਾ ਸਿਰ ਜਿਹੜਾ ਉਠਾ ਕੇ ਜਿੰਨੇ ਆ ਤੇ ਉਹ ਸ਼ੁਰੂ ਤੋਂ ਕਿਸੇ ਦੇ ਮੋਢਿਆਂ ਦੇ ਉੱਪਰ ਆਣ ਕੇ ਬੈਠੇ ਨੇ ਉਹਨਾਂ ਨੇ ਪਤਾ ਨਹੀਂ ਆਪਣੇ ਜ਼ਮੀਰਾ ਦੇ ਨਾਲ ਚਾਹੇ ਕੰਪਰੋਮਾਈਜ਼ ਕੀਤੇ ਹੋਣਗੇ ਜਾਂ ਜਿਸ ਤਰ੍ਹਾਂ ਮਰਜ਼ੀ ਆ ਇਹ ਗੱਲ ਉਹ ਸਾਰਿਆਂ ਨੂੰ ਪਤਾ ਵੈ ਨਹੀਂ ਦੇਖੋ ਪੜ੍ਹਾਈ ਲਿਖਾਈ ਕਰਕੇ ਮਾਪਿਓ ਦਾ ਸੁਪਨਾ ਹੁੰਦਾ ਵੇ ਵੱਡਾ ਇਨਸਾਨ ਵੱਡੇ ਇਨਸਾਨ ਦਾ ਮਤਲਬ ਇਹ ਨਹੀਂ ਹੁੰਦਾ ਕਿ ਵੱਡੀਆਂ ਨੌਕਰੀਆਂ ਪਾ ਲੈਣਾ ਜੇ ਵੱਡੀਆਂ ਨੌਕਰੀਆਂ ਪਾ ਕੇ ਅਸੀਂ ਉਹਨਾਂ ਵਰਗੇ ਬੰਨੇ ਆ ਜਿਨ੍ਹਾਂ ਦੇ ਕੋਲ ਇਸ ਟਾਈਮ ਵੱਡੀਆਂ ਨੌਕਰੀਆਂ ਨਹੀਂ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਪਿਆ ਐਕਸੈਪਸ਼ਨ ਹਰ ਜਗ੍ਹਾ ਹੁੰਦੀਆਂ ਨੇ ਤਾਂ ਫਿਰ ਮੈਂ ਕਹਿੰਦਾ ਸਾਨੂੰ ਪੜ੍ਹਿਆ ਲਿਖਿਆ ਬੰਦਿਆਂ ਨੂੰ ਵੇਖੋ ਜੇ ਵੱਡੀਆਂ ਨੌਕਰੀਆਂ ਦੀ ਲੋੜ ਹੀ ਨਹੀਂ ਕਿਉਂਕਿ ਉਸ ਕੀ ਫਾਇਦਾ ਉਹ ਜਿਹੇ ਸਾਡੇ ਕੋਲ ਚੇਅਰਸ ਦਾ ਕੀ ਫਾਇਦਾ ਸਾਨੂੰ ਉਹ ਜਿਹੇ ਡਿਗਨਿਟੀਆਂ ਦਾ ਜੇ ਅਸੀਂ ਆਪਣੇਆਂ ਨੂੰ ਜਿਹੜੇ ਜਿਨ੍ਹਾਂ ਨੂੰ ਅਸੀਂ ਆਪਣੇ ਹੋਣ ਦਾ ਗੱਲਾਂ ਕਰਦੇ ਆ ਆਪਣੇ ਵਿਦਿਆਰਥੀਆਂ ਨੂੰ ਜੇ ਅਸੀਂ ਉਹਨਾਂ ਨੂੰ ਸਨਮਾਨਜਨਕ ਲਾਈਫ ਹੀ ਨਹੀਂ ਦੇ ਸਕਦੇ ਤਾਂ ਕੀ ਫਾਇਦਾ ਅਜਿਹੇ ਹਲਾਤਾ ਦਾ